अस्सलाम वालेकुम। हाँ जी जी अज असी लावांगे होंडा CG125 में LED लेजर लाइट। ये लेजर लाइट है, यह नवा 3 पॉइंट वाला हाई लो वाला बटन है। तो हूँ असी हेडलाइट खोलांगे चार मुँह वाले पेचकस नाल, दोवें पेच खोल के फिर असी बटन लावांगे। बटन है यदा, यह जी 3 पॉइंट वाला बटन ऑफ ते हाई लो। लैट ऑफ भी ये नाल होएगी ते हाई लो भी ये नाल होएगी। मार्केट च नवा बटन आया है हाई लो वाला। लेजर लाइट के भी 2 पॉइंट ने, ते एदे भी 2 पॉइंट ने। ते एदियां तारां असी हेडलाइट च गुजार लवांगे। हेडलाइट खोली ते पई सी असी, लेकिन असी हुण उतारिया वा। ए तारां एदियां गुजार लैंदे हां हेडलाइट दे विच। ਇਹਦੀਆਂ 3 ਤਾਰਾਂ ਨੇ। ਹੁਣ ਅਸੀਂ ਲੇਜ਼ਰ ਲਾਈਟ ਲਾਵਾਂਗੇ ਇੱਥੇ ਹੈਡ ਲਾਈਟ ਕੇਸ ਦੇ 12 ਨੰਬਰ ਦੇ ਬੋਲਡ ਨਾਲ। ਇੱਥੇ ਫਿੱਟ ਇੱਕ ਐਲ ਪੱਤੀ ਲੈਣੀ ਪੈਣੀ ਹੈ ਸਾਨੂੰ ਮਾਰਕੀਟ ਚੋਂ ਬਸ ਇਹਦੇ ਵਾਸਤੇ, ਅਤੇ ਪੱਤੀ ਦੇ ਉੱਤੇ ਨੂੰ ਕੱਸ ਕੇ ਅਤੇ ਇੱਥੇ ਹੈਡ ਲਾਈਟ ਦੇ ਨਾਲ ਲਾ ਦੇਣਾ। ਇੱਥੇ ਲਾਈਟ ਲੱਗਦੀ ਵੀ ਬੜੀ ਖੂਬਸੂਰਤ ਆ, ਐਵੇਂ ਲੱਗਦਾ ਜਿਵੇਂ ਇੱਥੇ ਵਾਸਤੇ ਹੀ ਬਣੀ ਸੀ। ਹੁਣ ਇਸੇ ਤਰ੍ਹਾਂ ਇਹਦੀਆਂ ਵੀ ਤਾਰਾਂ ਇੱਥੋਂ ਗੁਜ਼ਾਰ ਦੇਵਾਂਗੇ ਹੈਡ ਲਾਈਟ ਦੇ ਵਿੱਚ। ਹੁਣ ਇਹਦੀ ਪਹਿਲੇ ਮੇਨ ਤਾਰ ਲਾਵਾਂਗੇ, ਲਾਲ ਤਾਰ ਬਟਨ ਦੀ, ਹਾਈ ਲੋ ਵਾਲੇ ਬਟਨ ਦੀ। ਇਹ ਨਵਾਂ ਬਟਨ ਆਇਆ ਵਾ ਮਾਰਕੀਟ 'ਚ। ਇਹ ਲਾਲ ਤਾਰ ਹੈ ਜੀ, ਇਹ ਲਾ ਦੇਵਾਂਗੇ ਅਸੀਂ ਸੁੱਚ ਦੀ ਤਾਰ ਦੇ ਵਿੱਚ। ਸੁੱਚ ਦੀ ਤਾਰ ਵਾਪਸੀ ਵਾਲੀ ਜਿਹਦੇ ਵਿੱਚ ਕਰੰਟ ਆਉਂਦਾ। ਇਹਦੇ 'ਚ ਲਾ ਦੇਵਾਂਗੇ, ਚੈੱਕ ਕਰ ਲਾਂਗੇ ਲੂਜ਼ ਤੇ ਨਹੀਂ, ਠੀਕ ਹੈ ਹੀ ਹੈ। ਹੁਣ ਉਸ ਤੋਂ ਬਾਅਦ ਇਹ ਬਟਨ ਦੀਆਂ ਤਾਰਾਂ 'ਚ ਪਹਿਲੇ ਅਸੀਂ ਕਰੰਟ ਚੈੱਕ ਕਰਾਂਗੇ। ਇਹ ਦੇਖੋ 3 ਪੁਆਇੰਟ ਵਾਲਾ ਬਟਨ ਥੱਲੇ ਔਫ ਹੋ ਜਾਂਦਾ, ਦੋ ਜਗ੍ਹਾ 'ਤੇ ਔਨ ਹੋਣਾ ਹਾਈ ਲੋ ਵਾਲਾ ਕਨੈਕਸ਼ਨ। ਇਹ ਦੇਖੋ ਜੀ ਆ ਗਿਆ ਕਰੰਟ, ਇਹਦੇ 'ਚ ਵੀ, ਇਹਦੇ 'ਚ ਵੀ ਆ ਗਿਆ। ਹੁਣ ਅਸੀਂ ਇਹਦੇ ਕਨੈਕਸ਼ਨ ਲਾ ਦਿੰਦੇ ਹਾਂ। ਇਹ ਲਾਈਟ ਦੀਆਂ ਵੀ 3 ਤਾਰਾਂ ਨੇ, ਬਟਨ ਦੀਆਂ ਵੀ 3 ਤਾਰਾਂ ਨੇ, ਲੇਕਿਨ ਲਾਈਟ ਦੀ ਇੱਕ ਅਰਥ ਦੇ ਵਿੱਚ ਲੱਗ ਜਾਏਗੀ। 2 ਗਰਮ ਤਾਰਾਂ ਹੋਣਗੀਆਂ, ਇੱਕ ਦੇ ਨਾਲ ਪੀਲੀ ਚੱਲੇਗੀ, ਇੱਕ ਦੇ ਨਾਲ ਵਾਈਟ ਚੱਲੇਗੀ, ਯੈਲੋ ਵਾਈਟ। ਇਹ ਗਰਮ ਤਾਰਾਂ ਦੋਵੇਂ ਲਾਤੀਆਂ। ਹੁਣ ਇੱਕ ਤਾਰ ਬਚ ਗਈ ਆ ਲਾਈਟ ਦੀ ਅਰਥ ਵਾਲੀ, ਉਹ ਅਸੀਂ ਇਹ ਜਿਹੜੀ ਹੈ ਨਾ ਸਬਜ਼ ਰੰਗ ਦੀ ਤਾਰ ਨਾਲ ਕਿਸੇ ਨਾਲ ਵੀ ਲਾ ਦੇਵਾਂਗੇ। ਗ੍ਰੀਨ ਤਾਰ ਨਾਲ ਉੱਪਰ। ਹੁਣ ਅਸੀਂ ਚੈੱਕ ਕਰਕੇ ਲਾਈਟ ਦੇਖੋ, ਲਾਈਟ ਚੱਲ ਗਈ ਹੈ, ਦੋਵੇਂ ਪੁਆਇੰਟ ਔਨ ਹੋ ਗਏ ਇਹਦੇ। ਹੁਣ ਅਸੀਂ ਇਹਦੇ 'ਤੇ ਟੇਪ ਲਾ ਦੇਵਾਂਗੇ, ਕਨੈਕਸ਼ਨ ਸਾਡੇ ਬਿਲਕੁਲ ਓਕੇ ਹੋ ਗਏ ਨੇ, ਅਤੇ ਇਹਦੇ 'ਤੇ ਹੁਣ ਅਸੀਂ ਟੇਪ ਲਾ ਦੇਵਾਂਗੇ। ਦੋਵੇਂ ਤਾਰਾਂ 'ਤੇ ਟੇਪ ਲਾਉਣ ਤੋਂ ਬਾਅਦ ਅਸੀਂ ਹੈਡਲਾਈਟ ਇਹਦੀ ਫਿੱਟ ਕਰ ਦੇਵਾਂਗੇ। ਟੇਪ ਹੋ ਗਈ ਹੈ, ਹੁਣ ਅਸੀਂ ਤਾਰਾਂ ਅੰਦਰ ਕਰਕੇ ਹੈਡਲਾਈਟ ਇਹਦੀ ਫਿੱਟ ਕਰ ਦੇਵਾਂਗੇ।
ਫਿੱਟ ਕਰਕੇ ਹੁਣ ਅਸੀਂ ਜਿਹੜਾ ਨਾ ਇਹਦੇ ਦੋਵੇਂ ਪੇਚ ਲਾ ਦਿੰਦੇ ਹਾਂ ਹੈਲਰ ਦੇ ਚਾਰ ਮੂਹਾਂ ਦੇ। ਟਾਈਟ ਹੋ ਗਿਆ ਪੇਚ, ਹੁਣ ਇਸ ਸਾਈਡ ਦਾ ਪੇਚ ਲਾ ਦਿੰਦੇ ਹਾਂ, ਇਹਨੂੰ ਵੀ ਟਾਈਟ ਕਰ ਦਿੰਦੇ ਹਾਂ ਅਸੀਂ। ਇਹ ਹੋਈ ਮੁਕੰਮਲ ਫਿਟਿੰਗ ਹੋ ਗਈ ਹੈ, ਹੁਣ ਅਸੀਂ ਲੈਟ ਚੈੱਕ ਕਰਾਂਗੇ ਅਤੇ ਫਿਰ ਮੁਕੰਮਲ।